ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜਿਸ ਦੇ ਵਿੱਚ 17400 ਪਤਰੀਆਂ ਨੂੰ ਲੈ ਕੇ ਅਪਡੇਟ ਆਇਆ ਜਿਸ ਵਿੱਚ ਰਿਕਰੂਟਮੈਂਟ ਆਊਟ ਕੀਤੀਆਂ ਗਈਆਂ ਨੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਸਕਦੇ ਹੋ 12ਵੀਂ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਪਾਣਗੇ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ 'ਚ ਦ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ पाओ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਬਾਕੀ ਤੁਸੀਂ ਜ਼ਰੂਰ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉਤੋਂ ਸਾਰੇ ਜੌਬ ਰਿਲੇਟਡ ਅਪਡੇਟਸ ਜਿਹੜੇ ਨੇ ਉਹ ਲੈ ਸਕਦੇ ਹੋ ਉਹਦੇ ਲਈ ਸਿੰਪਲੀ ਗੂਗਲ 'ਤੇ ਜਾ ਕੇ ਤੁਸੀਂ ਟਾਈਪ ਕਰਨਾ ਹੈ ਜੀ ਜੋ ਕਿ meetacademy.xyz اور فرسٹ نمبر تے ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜ ਉਹ ਮਿਲ ਜਾਵੇਗੀ ਉਤੋਂ ਤੁਸੀਂ ਸਾਰੇ ਜੌਬ ਰਿਲੇਟਡ ਅਪਡੇਟਸ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਪਾਉਗੇ ਤੇ ਨਾਲ ਦੇ ਨਾਲ ਹੋਰ ਵੀ ਕੋਈ ਡਾਊਟ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਵੀ ਪੁੱਛੀ ਸਕਦੇ ਹੋ ਤੇ ਨਾਲ ਦੇ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਨੂੰ ਸ਼ੇਅਰ ਕਰ ਦਾਂ ਜੀ ਸੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਦੋ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਗੱਲ ਕਰਾਂਗੇ ਪਹਿਲੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਜੋ KVS ਦੇ ਵਿੱਚ ਆਇਆ ਹੈ ਔਰ ਕੁਝ ਕੈਂਡੀਡੇਟਸ ਨੇ ਮੈਂ ਕਮੈਂਟ ਦੇਖਦਾ ਹੋਣਾ ਜਿਹੜੇ ਕਹਿੰਦੇ ਨੇ ਕਿ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੁਸੀਂ ਫੇਕ ਨੋਟੀਫਿਕੇਸ਼ਨ ਦੱਸਦੇ ਹੋ ਤਾਂ ਲਿੰਕ ਜ਼ਰੂਰ ਚੈੱਕ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ 올 인디아 ਦਾ ਨੋਟੀਫਿਕੇਸ਼ਨ ਹੈ 13404 ਵੈਕੈਂਸੀਆਂ ਆਈਆਂ ਨੇ ਤੁਸੀਂ ਇੰਡੀਆ ਤੋਂ ਕਿਤੋਂ ਵੀ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਲਾਸਟ ਡੇਟ 26 ਦਸੰਬਰ 2022 ਹੈ ਨੋਟੀਫਿਕੇਸ਼ਨ ਪੜ ਲਿਓ 26 ਦਸੰਬਰ ਹੀ ਹੋਏਗਾ ਸੋ 올 ਇੰਡੀਆ ਮੇਲ ਅਤੇ ਫੀਮੇਲ ਦੋਨੋਂ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰਾਂ ਪੀਜੀਟੀ ਦੀਆਂ 1409 ਵੈਕੈਂਸੀਆਂ ਨੇ ਟੀਜੀਟੀ ਦੀਆਂ ਜਿਹੜੀਆਂ ਨੇ ਉਹ 3176 ਪੋਸਟਾਂ ਨੇ ਪੀਆਰਟੀ ਦੀਆਂ 6414 ਪੋਸਟ ਆਊਟ ਹੋਈਆਂ ਨੇ IRT 뮤직 ਦੀਆਂ 303 ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਪ੍ਰਿੰਸੀਪਲ ਦੀਆਂ 239 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਲਾਇਬ੍ਰੇਰੀਅਨ ਦੀਆਂ 355 ਨੇ ਠੀਕ ਹੈ ਜੀ ਫਾਈਨੈਂਸ ਆਫੀਸਰ ਦੀਆਂ 6 ਅਸਿਸਟੈਂਟ ਸੈਕਸ਼ਨ ਆਫੀਸਰ ਦੀਆਂ 156 ਪੋਸਟਾਂ ਆਊਟ ਕੀਤੀਆਂ ਗਈ ਉਸ ਤੋਂ ਬਾਅਦ ਗੱਲ ਕਰਾਂ ਤਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ ਐਲਡੀਸੀ ਦੀਆਂ 702 ਸੀਨੀਅਰ ਸੈਕਟਰੀ ਅਸਿਸਟੈਂਟ ਦੀ ਯੂਡੀਸੀ ਦੇ 322 ਅਸਿਸਟੈਂਟ ਇੰਜੀਨੀਅਰ ਦੀਆਂ ਦੋ ਵੈਕੈਂਸੀ ਹਿੰਦੀ ਟਰਾਂਸਲੇਟਰ ਦੀਆਂ 11 ਸਟੈਨੋਗ੍ਰਾਫਰ ਗ੍ਰੇਡ 2 ਦੀਆਂ 54 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਅਲੱਗ-ਅਲੱਗ ਕੁਆਲੀਫਿਕੇਸ਼ਨ ਹੈ ਤੇ ਮੈਂ ਇੱਕ ਇਕੱਠੀ ਦੱਸ ਦੇਣਾ ਪਲੱਸ 2 ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਬੀਈ ਬੀਟੈਕ ਬੀਕਾਮ ਐਮਕਾਮ ਸੀਏ ਬੀਏਡ ਤੇ ਡੀਐਲਡੀ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰ ਲਿਓ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏ ਕਿਹੜਾ ਨੋਟੀਫਿਕੇਸ਼ਨ ਤੁਹਾਡੇ ਲਈ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡਾ ਰਿਟਨ ਐਗਜ਼ਾਮ ਹੋਣਾ ਹੀ ਹੋਣਾ ਹੈ ਜੀ ਉਸ ਤੋਂ ਬਾਅਦ ਸਕਿੱਲ ਟੈਸਟ ਜਿਹੜਾ ਜਿਹੜੇ ਪੋਸਟਾਂ ਲਈ ਰਿਕੁਆਇਰਡ ਹੈ ਯੂਡੀਸੀ ਐਲਡੀਸੀ ਅਤੇ ਹੋਰ ਵੈਕੈਂਸੀਆਂ ਲਈ ਹੋਏਗਾ ਇੰਟਰਵਿਊ ਡਾਕੂਮੈਂਟ ਵੈਰੀਫਿਕੇਸ਼ਨ ਤੇ ਮੈਡੀਕਲ ਐਗਜ਼ਾਮ ਹੋਏਗਾ ਤੁਹਾਡਾ ਉਸ ਦੇ ਬੇਸਿਸ ਤੇ ਸਿਲੈਕਸ਼ਨ ਹੋਣੀ ਹੈ ₹5 ਫੀਸ ਹੈ ਉਹ ਵੀ ਜਨਰਲ OBC ਤੇ EWS ਵਾਲੇ ਕੈਂਡੀਡੇਟ ਦੀ SC ST PWD ਅਦਰ ਦੇ ਲਈ ਨਿਲ ਹੈ ਇਹ ਉਸ ਤੋਂ ਬਾਅਦ ਇਹ ਇੱਕ ਜਿਹੜੇ ਐਕਸ ਸਰਵਿਸਮੈਨ ਕੈਂਡੀਡੇਟ ਨੇ ਉਹਨਾਂ ਲਈ ਵੀ ਨਿਲ ਹੈ ਬਿਲਕੁਲ ਜੀ ਉਸ ਤੋਂ ਬਾਅਦ ਅਪਲਾਈ ਕਰਨ ਦੇ ਲਈ ਆਨਲਾਈਨ ਫਾਰਮ ਤੁਹਾਨੂੰ ਇੱਥੋਂ ਮਿਲ ਜੀਏਗਾ ਅਪਲਾਈ ਕਰਨਾ ਹੈ ਸ਼ਾਰਟ ਨੋਟਿਸ ਵੀ ਹੈਗਾ ਹੈ ਤੇ ਨਾਲ ਦੇ ਨਾਲ ਫੁੱਲ ਫਲੈਜ ਨੋਟੀਫਿਕੇਸ਼ਨ ਵੀ ਆਊਟ ਹੋਇਆ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਲਿੰਕ ਮੈਂ ਪਹਿਲਾਂ ਡਿਸਕ੍ਰਿਪਸ਼ਨ ਦੇ ਦਾਂਗਾ ਹੁਣ ਗੱਲ ਕਰਦੇ ਹਾਂ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਇਹ ਨੋਟੀਫਿਕੇਸ਼ਨ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ ਜੀ 올 ਇੰਡੀਆ ਦੇ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਲੈਵਲ 8 ਦੇ ਅਕੋਰਡਿੰਗਲੀ ਸੈਲਰੀ ਰਹੇਗੀ ਤੁਹਾਡੀ ਲਾਸਟ ਡੇਟ 4 ਜਨਵਰੀ 2023 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਔਰ ਇਹਦੇ ਵਿੱਚ ਜਿਹੜੀਆਂ ਟੋਟਲ ਵੈਕੈਂਸੀਜ਼ ਨੇ 4500 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਦੋ ਤਰ੍ਹਾਂ ਦੀਆਂ ਵੈਕੈਂਸੀਜ਼ ਨੇ ਐਲਡੀਸੀ ਲੋਅਰ ਡਿਵੀਜ਼ਨ ਕਲਰਕ ਦੀ ਜਿਸ ਦੀ ਸੈਲਰੀ 19900 ਤੋਂ ਲੈ ਕੇ 63200 ਹੈ ਤੇ ਡਾਟਾ ਐਂਟਰੀ ਅਸਿਸਟੈਂਟ ਦੀ ਵੈਕੈਂਸੀ ਹੈ ਜਿਹੜੇ ਵਿੱਚ ਤੁਹਾਡੀ ਜਿਹੜ 30000 ਸੈਲਰੀ ਡੀਡੀ ਹੈ ਜੀ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਨੈਕਸਟ ਗੱਲ ਕਰੀਏ ਇਸ ਦੇ ਵਿੱਚ ਜਿਹੜੀ ਹੈ 12th ਪਾਸ ਤੇ ਗ੍ਰੈਜੂਏਸ਼ਨ ਵਾਲੀ ਕੈਂਡੀਡੇਟ ਦੇ ਲਈ ਵੈਕੈਂਸੀ ਜਿਹੜੀਆਂ ਨੇ ਉਹ ਬਹੁਤ ਆਊਟ ਵਧੀਆ ਆਊਟ ਹੋਈਆਂ ਨੇ ਸੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਗੱਲ ਕਰਾਂ ਤਾਂ ਫਰੈਸ਼ਰਸ ਕੈਂਡੀਡੇਟ ਨੇ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਨੈਕਸਟ ਇਸ ਦੇ ਵਿੱਚ ਸਿਲੈਕਸ਼ਨ ਪ੍ਰੋਸੈਸ ਦੀ ਅਗਰ ਮੈਂ ਗੱਲ ਕਰਾਂ ਤਾਂ ਟਾਇਰ 1 ਟਾਇਰ 2 ਐਂਡ ਟਾਇਰ 3 ਵੈਕੈਂਸੀਸ ਦੇ ਲਈ ਤੁਹਾਡਾ ਜਿਹੜਾ ਜੀ ਇਸ ਦੇ ਵਿੱਚ ਹੋਣ ਵਾਲਾ ਸੋ ਸਿਲੈਕਸ਼ਨ ਪ੍ਰੋਸੈਸ ਇਹੀ ਰਹੇਗਾ एग्जाम ਤੁਹਾਡੇ ਹੋਣੇ ਨੇ ਟਾਇਰ 1 ਟਾਇਰ 2 ਟਾਇਰ 3 ਸੋ ਉਸ ਦੇ ਅਕੋਰਡਿੰਗਲੀ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ ਨੋਟੀਫਿਕੇਸ਼ਨ ਪੀਡੀਫ ਵਿੱਚ ਕਿ ਟਾਇਰ 1 ਚ ਕੀ ਹੋਏਗਾ ਟਾਇਰ 2 ਚ ਕੀ ਹੋਏਗਾ ਟਾਇਰ 3 ਚ ਕੀ ਹੋਏਗਾ ਤਿੰਨਾਂ ਦੇ ਸਿਲੇਬਸ ਦਿੱਤੇ ਹੋਏ ਨੇ ਫੁੱਲ ਫਲੈਜ ਨੋਟੀਫਿਕੇਸ਼ਨ ਆਇਆ ਜੀ ਔਰ 100 ਰੁਪੀਸ ਤੁਹਾਨੂੰ ਐਪਲੀਕੇਸ਼ਨ ਫੀ ਜਿਹੜੀ ਹੈ ਇਸ ਦੇ ਲਈ ਪੇ ਕਰਨੀ ਹੈ 올 ਇੰਡੀਆ ਤੋਂ ਤੁਸੀਂ ਕੀਤਾ ਹੋਈ ਹੋ ਤੇ ਸਿਰਫ ਮੇਲ ਕੈਂਡੀਡੇਟ ਉਹ ਜਨਰਲ OBC ਦੀ 100 ਰੁਪੀਸ ਹੈ ਬਾਕੀ ਸਾਰਿਆਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਹੈ ਜੀ ਉਹ ਪੇ ਨਹੀਂ ਕਰਨੀ ਹੋਏਗੀ ਏਜ ਲਿਮਿਟ ਜਿਹੜੀ ਹੈ ਜੀ 18 ਤੋਂ ਲੈ ਕੇ 27 ਸਾਲ ਤੱਕ ਦੇ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਤੇ ਪਲੱਸ ਏਜ ਰੈਲੈਕਸੇਸ਼ਨ ਵੀ ਦਿੱਤੀ ਜਾਏਗੀ ਜਿਹਦੇ ਲਈ ਤੁਸੀਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਕਿ ਕਿਹੜੀ ਕਿਹੜੀ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟ ਨੂੰ ਜਿਹੜੀ ਏਜ ਰੈਲੈਕਸੇਸ਼ਨ ਹੈ ਉਹ ਇਸ ਦੇ ਵਿੱਚ ਦਿੱਤੀ ਜਾਣੀ ਹੈ ਨੈਕਸਟ ਗੱਲ ਕਰੀਏ ਇਸ ਦੇ ਵਿੱਚ ਤੁਸੀਂ ਤੇ ਇਹ ਨੋਟੀਫਿਕੇਸ਼ਨ SSC CHSL ਵੱਲੋਂ ਆਊਟ ਕੀਤਾ ਗਿਆ ਹੈ ਜੀ ਲਿੰਕ ਇੱਥੇ ਦਿੱਤਾ ਗਿਆ ਹੈ ਅਪਲਾਈ ਕਰਨ ਦੇ ਲਈ ਔਰ ਨੋਟੀਫਿਕੇਸ਼ਨ PDF ਦਾ ਲਿੰਕ ਵੀ ਮੈਂ ਤੁਹਾਨੂੰ ਆਲਰੇਡੀ ਪ੍ਰੋਵਾਈਡ ਕਰ ਚੁੱਕਾ ਹਾਂ ਸੋ ਜਲਦੀ ਨਾਲ ਜਾ ਕੇ ਚੈੱਕ ਕਰਕੇ ਇਹਨਾਂ ਦੋਨਾਂ ਪੋਸਟਾਂ ਦੇ ਲਈ ਅਪਲਾਈ ਕਰ ਲਵੋ ਤੁਸੀਂ ਆਲ ਇੰਡੀਆ ਤੋਂ ਕਿਤੋਂ ਵੀ ਹੋ ਤਾਂ ਤੁਸੀਂ ਇਹਦੇ ਲਈ ਜ਼ਰੂਰ ਐਲੀਜੀਬਲ ਹੋ ਤੇ ਅਪਲਾਈ ਕਰ ਪਾਉਂਗੇ ਫਿਰ ਵੀ ਕੋਈ ਡਾਊਟ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਨੋਟੀਫਿਕੇਸ਼ਨ PDF ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹ